ਦੁਸ਼ਹਿਰਾ ਨੇੜੇ ਆਉਂਦੇ ਹੀ ਹੁਣ ਲੰਕਾਪਤੀ ਰਾਵਣ ਦੇ ਪੁਤਲੇ ਫੂਕੇ ਜਾਣ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਜਿਸ ਤਹਿਤ ਅੱਜ ਸੰਗਰੂਰ ਦੇ ਵਿੱਚ ਕਈ ਸੰਗਠਨਾਂ ਨੇ ਡਾਕਟਰ ਅੰਬੇਦਕਰ ਸਭਾ ਪੰਜਾਬ ਦੀ ਅਗਵਾਈ ਵਿੱਚ ਡੀਸੀ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਅਜਿਹਾ ਵਤੀਰਾ ਬੰਦ ਕਰਨ ਦੀ ਮੰਗ ਕੀਤੀ। ਮੇਰਾ ਨਾਮ ਜੀ ਹਰਜਤ ਸਿੰਘ, ਡਾਕਟਰ ਅੰਬੇਦਕਰ ਸਭਾ ਦਾ ਪ੍ਰਧਾਨ ਹਾਂ ਜੀ ਮੈਂ ਪੰਜਾਬ ਦਾ। ਅਸੀਂ ਜਿਹੜਾ ਅੱਜ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਣਾ ਹੈ ਜੀ ਰਾਸ਼ਟਰਪਤੀ ਦੇ ਨਾਮ 'ਤੇ, ਸਾਡੀ ਇਹ ਮੰਗ ਹੈ ਵੀ ਜਿਹੜਾ ਰਾਵਣ ਦਾ ਬੁੱਤ ਹੈ, ਬਹੁਤ ਸੈਂਕੜੇ ਸਾਲ ਹੋ ਗਏ ਇਹਨਾਂ ਨੂੰ ਫੂਕਦਿਆਂ ਨੂੰ, ਉਹ ਗੈਰ ਕਾਨੂੰਨੀ ਹੈ, ਇਹ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਕਿਉਂਕਿ ਇਹਦੇ ਨਾਲ ਪਿੱਛੇ ਅੰਮ੍ਰਿਤਸਰ ਵੀ ਦੁਸਹਿਰੇ ਵਾਲੇ ਦਿਨ ਜਿਹਨੇ ਕਿੰਨੇ ਸਾਡੇ ਅਣ ਭੋਲੇ ਲੋਕ ਉੱਥੇ ਗੱਡੀ ਥੱਲੇ ਆ ਕੇ ਮਾਰੇ ਗਏ ਨੇ, ਇਹ ਗੈਰ ਕਾਨੂੰਨੀ ਕੰਮ ਹੈ। ਇਹ ਸਾਡਾ ਇੱਕ ਮਹਾਨ ਦੇਵਤਾ ਹੈ ਜੀ, ਜਿਹੜਾ ਇੱਥੇ ਮੂਲ ਨਿਵਾਸੀ ਲੋਕਾਂ ਦਾ ਇਹ ਦੇਵਤਾ, ਅਸੀਂ ਉਸ ਦਿਨ ਇਹਦੀ ਪੂਜਾ ਕਰਦੇ ਹਾਂ, ਉਹਦਾ ਅਪਮਾਨ ਕੀਤਾ ਜਾ ਰਿਹਾ, ਇਹ ਗੈਰ ਕਾਨੂੰਨੀ ਹੈ, ਇਹਨੂੰ ਬੰਦ ਕੀਤਾ ਜਾਵੇ, ਨਹੀਂ ਇਹਦਾ ਗਾਹਾਂ ਵਾਲੇ ਸਮੇਂ ਦੇ ਵਿੱਚ ਗਲਤ ਸਿੱਟੇ ਲਿਖਣਗੇ ਜੀ। ਇਸ ਮੌਕੇ ਮੌਜੂਦ ਮੈਂਬਰਾਂ ਨੇ ਵੀ ਕਿਹਾ ਕਿ ਇੰਝ ਕਰਨ ਦੇ ਨਾਲ ਨਾ ਸਿਰਫ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਸਗੋਂ ਪ੍ਰਦੂਸ਼ਣ ਵੀ ਫੈਲਦਾ ਹੈ। ਇਸ ਲਈ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਤੇ ਰੋਕ ਲਗਾਉਣੀ ਚਾਹੀਦੀ ਹੈ। ਸੰਗਰੂਰ ਤੋਂ ਸਚਿਨ ਦੀ ਰਿਪੋਰਟ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।